ਚੰਡੀਗੜ੍ਹ ਦੇ ਸੈਕਟਰ 27 28 29 30 ਦੇ ਚੌਂਕ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਉੱਤੇ ਚਾਕੂਆਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਇਸ ਆਰੋਪੀ ਨੇ ਔਰਤ ਦੇ ਉੱਤੇ 11 ਵਾਰ ਚਾਕੂਆਂ ਨਾਲ ਹਮਲਾ ਕੀਤਾ। ਮੌਕੇ ਉੱਤੇ ਪਹੁੰਚੀ ਪੁਲਿਸ ਕੰਟਰੋਲ ਰੂਮ ਦੀ ਗੱਡੀ ਨੇ ਜ਼ਖਮੀ ਔਰਤ ਨੂੰ ਸੈਕਟਰ 16 ਦੇ ਹਸਪਤਾਲ ਭਰਤੀ ਕਰਵਾਇਆ, ਜਿੱਥੋਂ ਉਸ ਨੂੰ PGI ਰੈਫਰ ਕਰ ਦਿੱਤਾ ਗਿਆ। ਔਰਤ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ IT ਪਾਰਕ ਦੀ ਨਾਮੀ ਕੰਪਨੀ ਵਿੱਚ ਕੰਮ ਕਰਨ ਵਾਲੀ ਅੰਮ੍ਰਿਤਪ੍ਰੀਤ ਦਾ 10 ਸਾਲ ਪਹਿਲਾਂ ਚੰਡੀਗੜ੍ਹ ਸੈਕਟਰ 21 ਵਾਸੀ ਅਜੇਪਾਲ ਸਿੰਘ ਦੇ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹੀ ਅਜੇਪਾਲ ਕੋਈ ਕੰਮ ਨਹੀਂ ਕਰਦਾ ਸੀ ਅਤੇ ਪੈਸਿਆਂ ਲਈ ਅੰਮ੍ਰਿਤਪ੍ਰੀਤ ਦੇ ਨਾਲ ਮਾਰਕੁਟਾਈ ਕਰਦਾ ਸੀ। ਇਸ ਸਭ ਤੋਂ ਤੰਗ ਅੰਮ੍ਰਿਤਪ੍ਰੀਤ ਪਿਛਲੇ 2 ਮਹੀਨੇ ਤੋਂ ਆਪਣੇ ਖਰੜ ਸਥਿਤ ਪਰਿਵਾਰਕ ਮੈਂਬਰਾਂ ਦੇ ਘਰ ਰਹਿ ਰਹੀ ਸੀ। ਅੱਜ ਸਵੇਰੇ ਜਦੋਂ ਅੰਮ੍ਰਿਤਪ੍ਰੀਤ ਆਪਣੀ ਨਾਈਟ ਸ਼ਿਫਟ ਪੂਰੀ ਕਰਕੇ IT ਪਾਰਕ ਤੋਂ ਘਰ ਜਾ ਰਹੀ ਸੀ ਤਾਂ ਉਸਦੇ ਪਤੀ ਨੇ ਕਾਰ ਰੋਕ ਕੇ ਉਸ ਉੱਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਧਰ ਪੁਲਿਸ ਨੇ ਜ਼ਖਮੀ ਅੰਮ੍ਰਿਤਪ੍ਰੀਤ ਦੇ ਬਿਆਨਾਂ ਦੇ ਆਧਾਰ ਉੱਤੇ ਆਰੋਪੀ ਪਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸਰ, ਸਾਡੇ ਕੋਲ ਸਵੇਰੇ ਇਨਫੋਰਮੇਸ਼ਨ ਆਈ ਸੀ ਵੀ ਇੱਕ ਲੜਕੀ ਨੂੰ 27 ਲਾਈਟ ਰਾਊਂਡ ਬੋਰਡ 'ਤੇ ਸਟੈਬਿੰਗ ਕੀਤੀ ਆ, ਗੱਡੀ ਉਹਦੀ ਖੜੀ ਉੱਥੇ, ਅਤੇ ਉਹ ਅਸੀਂ ਉਹਦੇ 16 ਦਾਖਲ ਸੀ, ਉਹਦੀ ਸਟੇਟਮੈਂਟ ਲੈ ਕੇ ਅਸੀਂ ਪਰਚਾ ਦਿੱਤਾ। ਉਹ ਪਤਾ ਲੱਗਾ ਕਿ ਉਹਦੇ ਹਸਬੈਂਡ ਨੇ ਹੀ ਉਹਦੀ ਸਟੈਬਿੰਗ ਕੀਤੀ ਆ, ਅਤੇ ਉਹ ਅਸੀਂ ਹਸਬੈਂਡ ਅਜੇਪਾਲ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਲੜਕੀ ਜਿਹੜੀ ਆ ਉਹ PGI ਸ਼ਿਫਟ ਹੋ ਗਈ, ਅੰਡਰ ਟ੍ਰੀਟਮੈਂਟ ਹੈ, ਨੋਸਟੀਸ਼ਨ ਚੱਲ ਰਹੀ ਹੈ। ਸਰ, ਕੋਈ ਫੈਮਿਲੀ ਮੈਰੀਮੋਨੀਅਲ ਡਿਸਪਿਊਟ ਸੀ ਜੋ ਸਾਨੂੰ ਹੁਣ ਤੱਕ ਪਤਾ ਲੱਗਾ। ਲੜਕੀ ਬੇਸਿਕਲੀ ਖਰੜ ਦੀ ਰਹਿਣ ਵਾਲੀ ਆ ਅਤੇ 21 ਸੈਕਟਰ ਰਹਿੰਦੇ ਸੀ, ਉਹਨਾਂ ਦਾ ਮੈਟਰੀਮੋਨੀਅਲ ਹਾਊਸ 21 ਆ, ਉਹਨਾਂ ਦਾ ਪੇਰੈਂਟਲ ਹਾਊਸ ਖਰੜ ਦਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।